ਪੰਜਾਬ 'ਚ ਕਰਫਿਊ ਦੌਰਾਨ ਹੋ ਰਹੀ ਕਣਕ ਦੀ ਖਰੀਦ 'ਚ ਕਿਸਾਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਖਰੀਦ ਏਜੰਸੀਆਂ ਕੋਲ ਬਾਰਦਾਨੇ ਦੀ ਕਮੀ ਪਾਈ ਜਾ ਰਹੀ ਹੈ ਜਿਸ ਕਾਰਨ ਕਣਕ ਦੀ ਲਿਫਟਿੰਗ ਨਹੀਂ ਹੋ ਰਹੀ। ਮਾਨਸਾ ਜ਼ਿਲ੍ਹੇ ਵਿੱਚ ਕਣਕ ਦੀ ਖਰੀਦ ਦੀ ਸੁਸਤ ਚਾਲ ਤੋਂ ਕਿਸਾਨ ਕਾਫੀ ਪਰੇਸ਼ਾਨ ਨਜ਼ਰ ਆਏ। ਕਣਕ ਦੀ ਖਰੀਦ ਨਾ ਹੋਣ ਕਾਰਨ ਮੰਡੀ 'ਚ ਵੱਡੇ ਵੱਡੇ ਕਣਕ ਦੇ ਅੰਬਾਰ ਲੱਗੇ ਹੋਏ ਹਨ। ਇਸ ਮੌਕੇ ਕਿਸਾਨਾਂ ਨੇ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਕਣਕ ਦੀ ਖਰੀਦੋ ਫਰੋਖਤ ਨੂੰ ਸ਼ੁਰੂ ਕੀਤਾ ਜਾਵੇ ਤਾਂ ਜੋ ਘਰਾਂ 'ਚ ਪਈ ਫਸਲ ਨੂੰ ਵੀ ਮੰਡੀ 'ਚ ਜਲਦ ਤੋਂ ਜਲਦ ਲਿਆਂਦਾ ਜਾ ਸਕੇ। ਬਸ ਦੇਖੋ ਜੀ, ਇੱਕ ਤਾਂ ਬੋਰੀਆਂ ਨਹੀਂ ਚੱਕੀਆਂ ਜਾਂਦੀਆਂ, ਸਾਡੇ ਭਰਾ ਆ ਰਿਹਾ ਪਿਆ ਸਾਰਾ ਪੀੜੀ। ਦੇਖੋ ਬਾਕੀ 6ਵੇਂ 7ਵੇਂ ਦਿਨ ਵਾਰੀ ਆਈ, ਅੱਜ ਭਾਈ ਮੇਰੀ 30 ਦਿਨ ਹੋ ਗਏ ਇੱਥੇ ਮੱਛਰ ਕੋਲ ਬੈਠੇ ਤੇ ਬਾਕੀ ਭਾਈ ਤੁਹਾਨੂੰ ਦਿੱਤੀਆਂ ਜੀ ਸਾਰਾ ਮੰਡੀ ਭਰੀ ਪਈ ਆ। ਪ੍ਰਬੰਧ ਭਾਈ ਮੂੰਹ ਮਾਂ ਤਾਂ ਖੈਰ ਸਾਰੇ ਬੰਨ ਬੁਣ ਕੇ ਕੀ ਆਖਣਾ, ਕੋਈ ਰਹਿੰਦਾ ਵਿਚਾਰੀ ਲੜਕੀ ਸਾਡੇ ਲੱਗੀ ਆ ਥਾਣੇ ਦਾ ਰੋਹ ਬਣਾਉਂਦੀ ਆ ਬਥੇਰਿਆਂ ਦੇ ਮੂੰਹ। ਮੈਂ ਮੰਗਤਾ ਸੀ ਜੀ ਸਾਡਾ ਪਿੰਡ ਪਹਿਲਾਂ ਹੋ ਜਾਏ ਚੱਕਿਆ ਜਾਵੇ, ਹੋਰ ਬੰਦੇ ਦੀ ਕਣਕ ਚੱਕ ਰਹੀ ਹੈ ਘਰਾਂ ਵਾਲੀ। ਉੱਥੇ ਇਸ ਮੌਕੇ ਮਜ਼ਦੂਰਾਂ ਨੇ ਵੀ ਸਰਕਾਰ ਕੋਲ ਕਣਕ ਦੀ ਲਿਫਟਿੰਗ ਦੀ ਜਲਦ ਤੋਂ ਜਲਦ ਅਪੀਲ ਕੀਤੀ ਹੈ ਤਾਂ ਜੋ ਉਹਨਾਂ ਨੂੰ ਵੀ ਰੁਜ਼ਗਾਰ ਮਿਲਿਆ ਰਹੇ। ਉੱਥੇ ਇਸ ਮੌਕੇ ਮਜ਼ਦੂਰਾਂ ਨੇ ਦੱਸਿਆ ਕਿ ਪੂਰੀ ਮੰਡੀ ਵਿੱਚ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕੀਤੀ ਜਾ ਰਹੀ ਹੈ ਤੇ ਮੂੰਹ ਨੂੰ ਢੱਕ ਕੇ ਰੱਖਿਆ ਜਾ ਰਿਹਾ ਹੈ। ਬਹੁਤ ਪ੍ਰੋਬਲਮ ਪੈ ਰਹੀ ਹੈ, ਇਕੱਠਾ ਕਰੀ ਜਾਂਦੇ ਹਾਂ, ਮਾਲ ਸਟਾਕ ਲਾਈ ਜਾਂਦੇ ਹਾਂ। ਸਰਕਾਰ ਅੱਗੇ ਬੇਨਤੀ ਹੈ ਵੀ ਇਹਨੂੰ ਸਾਨੂੰ ਲਿਫਟਿੰਗ ਦੇਣ, ਚੱਕੀ ਜਾਵੇ ਤਾਂ ਮੰਡੀ ਖਾਲੀ ਹੋਵੇ, ਸਾਡਾ ਮਜ਼ਦੂਰਾਂ ਦਾ ਵੀ ਕੰਮ ਚੱਲਦਾ ਰਹੇ ਨਾਲ ਨਾਲ। ਤੇ ਬਾਕੀ ਕੋਰੋਨਾ ਵਾਇਰਸ ਕਰਕੇ ਤੁਹਾਨੂੰ ਪਤਾ ਹੀ ਹੈ ਵੀ ਆਮ ਘਰਾਂ ਦੇ ਵਿੱਚ ਕਣਕ ਖੇਤੀ ਬੈਠੇ ਨੇ, ਮਜ਼ਦੂਰ ਦੀ ਤਰ੍ਹਾਂ ਦੇ ਵਿੱਚ ਨੇ ਸਾਰੇ। ਇਸੇ ਕਰਕੇ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਸਾਡੀ ਲਿਫਟਿੰਗ ਦਿਓ ਸਾਨੂੰ, ਸਾਡੀ ਮੰਡੀ ਖੇਤੀ ਸਾਡਾ ਵੀ ਕਾਰੋਬਾਰ ਚੱਲਦਾ ਰਹੇ, ਸਾਨੂੰ ਦਿੱਕਤਾਂ ਨੇ ਸਾਡੀਆਂ ਪੂਰੀਆਂ ਕਰਨ। ਬਾਕੀ ਦੇਖੀ ਦੇ ਤੁਸੀਂ ਡਿਊਟੀਆਂ ਲੱਗੀਆਂ ਮੁਲਾਜ਼ਮਾਂ ਦੀਆਂ, ਠੀਕ ਹੈ ਜੀ, ਸਾਰਾ ਮੂੰਹ ਬੰਨ੍ਹ ਕੇ ਰੱਖਦੇ ਨੇ, ਕੰਮ ਕਰਦੇ ਨੇ, ਬਾਕੀ ਸਰਕਾਰ ਦੀ ਹਦਾਇਤਾਂ ਦੀ ਅਸੀਂ ਪਾਲਣਾ ਕਰ ਰਹੇ ਹਾਂ, ਹੈ ਜੀ, ਕਮਿਸ਼ਨ ਦੀ ਦੂਰੀ 'ਚ ਰਹਿ ਕੇ ਅਸੀਂ ਕੰਮ ਕਰ ਰਹੇ ਹਾਂ, ਸਾਰਿਆਂ ਨੇ ਮੂੰਹ ਬੰਨ੍ਹੇ ਹੋਏ ਨੇ ਸਾਡੇ। ਅਤੇ ਬਾਕੀ ਸਰਕਾਰ ਨੂੰ ਇਹੀ ਦੁਬਾਰਾ ਫਿਰ ਬੇਨਤੀ ਕਰਦੇ ਹਾਂ, ਨਵਜੋਤ ਸਿੰਘ ਸਿੱਧੂ ਵੱਲੋਂ ਵੀ ਲਗਾਤਾਰ ਰਾਸ਼ਨ ਵੰਡਣ ਦੀ ਪ੍ਰਕਿਰਿਆ ਜਾਰੀ ਹੈ। ਬੀਤੇ ਦਿਨ ਨਵਜੋਤ ਸਿੰਘ ਸਿੱਧੂ ਰਾਮਬਾਗ ਇਲਾਕੇ ਵਿੱਚ ਰਾਸ਼ਨ ਵੰਡਣ ਲਈ ਪਹੁੰਚੇ, ਜਿੱਥੇ ਇਸ ਮੌਕੇ ਨਵਜੋਤ ਸਿੰਘ ਸਿੱਧੂ ਲੋਕਾਂ ਨਾਲ ਸੋਸ਼ਲ ਡਿਸਟੈਂਸਿੰਗ ਦੇ ਹੁਕਮਾਂ ਦੀ ਪਾਲਣਾ ਕਰਦੇ ਨਜ਼ਰ ਆਏ ਅਤੇ ਉੱਥੇ ਹੀ ਉਹਨਾਂ ਨੇ ਮੀਡੀਆ ਤੋਂ ਵੀ ਦੂਰੀ ਬਣਾਈ ਰੱਖੀ। ਇਸ ਮੌਕੇ ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਲਗਾਤਾਰ ਜ਼ਰੂਰਤਮੰਦਾਂ ਦੀ ਮਦਦ ਕੀਤੀ ਜਾ ਰਹੀ ਹੈ। ਇਹ ਮੇਰਾ ਨਾਮ ਜਲਕਾ ਭਲਵਾਨ ਹੈ। ਕਿਹੜਾ ਇਲਾਕਾ? ਰਾਮਬਾਗ ਗੇਟ ਦਾ ਮੈਂ ਪ੍ਰਧਾਨ ਵਾਲਮੀਕੀ ਚਿੱਟੇ ਗੁੰਮੜ ਦਾ। ਕੀ ਕਹਿਣਾ ਚਾਹੁੰਦੇ ਅੱਜ? ਕਹਿਣਾ ਚਾਹੁੰਦਾ, ਡਾਕਟਰ ਆਏ ਸੀ ਸਿੱਧੂ ਸਾਹਿਬ, ਬੜਾ ਪ੍ਰੇਮ ਦਿੱਤਾ ਜਨਤਾ ਨੇ ਉਹਨਾਂ ਨੂੰ, ਉਹਨਾਂ ਨੇ ਜਨਤਾ ਨੂੰ ਦਿੱਤਾ। ਬਾਕੀ ਜੋ ਗੱਲਾਂ ਕਹਿੰਦੇ ਕਰੋਨਾ ਤੋਂ ਬਾਅਦ ਹੀ ਕਰਾਂਗੇ, ਅਤੇ ਬਹੁਤ ਖੁਸ਼ ਹਾਂ ਅਸੀਂ ਉਹਨਾਂ 'ਤੇ। ਰਾਸ਼ਨ ਦੇਣ ਡੇ ਨੇ ਦੋ ਟਾਈਮ ਜਨਤਾ ਨੂੰ, ਪੱਕਾ ਵੀ ਦੇਣ ਡੇ ਨੇ, ਕੱਚਾ ਵੀ ਦੇਣ ਡੇ ਆ। ਇਸ ਇਲਾਕੇ ਦੇ ਵਿੱਚ ਰਾਸ਼ਨ ਦੀ ਕੋਈ ਥੋੜ੍ਹ ਨਹੀਂ ਆਉਣ ਦੇਣ ਡੇ ਸਿੱਧੂ ਸਾਹਿਬ। ਮੈਂ ਇਕੱਲਾ ਨਹੀਂ ਫਸਿਆ ਹੈਗਾ, ਹੋਰ ਵੀ ਬਥੇਰੇ ਲੋਕ ਆ ਜਿਹੜੇ ਉਰੇ ਫਸੇ ਹੋਏ, ਜਿਹੜੇ ਟੂਰਿਸਟ ਵੀਜ਼ੇ 'ਤੇ ਉਰੇ ਆਏ ਸੀਗੇ। ਮੈਂ ਪੰਜਾਬ ਦੀ ਗੌਰਮੈਂਟ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਸਾਡੇ ਵਾਸਤੇ ਸਪੈਸ਼ਲ ਕੋਈ ਇੰਚਾਰਜ ਪਲੇਨ ਭੇਜਿਆ ਜਾਵੇ ਵੀ ਜਿਹਦੇ ਨਾਲ ਅਸੀਂ ਸਾਰੇ ਜਣੇ ਪੂਰੇ ਜਾ ਸਕੀਏ। ਕਈਆਂ ਕੋਲ ਤਾਂ ਵੀ ਖਰਚਾ ਵੀ ਨਹੀਂ ਹੈਗਾ ਵੀ ਉਹ ਕਿੱਦਾਂ ਰਹਿ ਸਕਣ ਉਰੇ, ਵੀ ਕੋਈ ਹੈਲਪ ਵੀ ਨਹੀਂ ਕੋਈ ਕਰਦਾ ਪਿਆ, ਹੈ ਨਾ, ਬਹੁਤ ਔਖੇ ਰਹਿ ਰਹੇ ਆ ਲੋਕ ਉਰੇ। ਪਟਿਆਲਾ ਸ਼ਹਿਰ ਦੇ ਨਾਲ ਪੈਂਦੇ ਪਿੰਡ ਦੇਵੀਗੜ੍ਹ ਦਾ ਇੱਕ ਪਰਿਵਾਰ ਬਹੁਤ ਹੀ ਪਰੇਸ਼ਾਨ ਹੈ। ਕਾਰਨ ਹੈ ਕਿ ਉਹਨਾਂ ਦਾ ਨੂੰਹ ਪੁੱਤਰ ਸਿੰਗਾਪੁਰ ਗਿਆ ਸੀ ਘੁੰਮਣ ਲਈ, ਪਰ ਉਸਦੇ ਬਾਅਦ ਹੀ ਲੋਕਡਾਊਨ ਹੋਣ ਦੇ ਕਾਰਨ ਉਹ ਸਿੰਗਾਪੁਰ ਵਿੱਚ ਹੀ ਫਸ ਗਏ। ਘਰਦਿਆਂ ਤੋਂ ਜਿੰਨੀ ਆਰਥਿਕ ਮਦਦ ਹੋ ਸਕਦੀ ਸੀ ਉਹਨਾਂ ਨੇ ਕੀਤੀ, ਅਤੇ ਇਨਾਇਤ ਫਾਊਂਡੇਸ਼ਨ ਤੋਂ ਗੌਰਵ ਸਿੱਧੂ ਨੇ ਵੀ ਕਾਫੀ ਮਦਦ ਕੀਤੀ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਉਹਨਾਂ ਦਾ ਧਿਆਨ ਰੱਖਣ ਲਈ ਕਿਹਾ। ਪਰ ਮਾਪੇ ਬਹੁਤ ਹੀ ਜ਼ਿਆਦਾ ਪਰੇਸ਼ਾਨ ਨੇ। ਉਥੇ ਹੀ ਸਿੰਗਾਪੁਰ ਤੋਂ ਇਸ ਪਰਿਵਾਰ ਦੇ ਪੁੱਤਰ ਨਵੀਂ ਨੇ ਦੱਸਿਆ ਕਿ ਜਿੱਥੇ ਉਹਨਾਂ ਨੇ ਸ਼ਰਨ ਲਈ ਹੋਈ ਹੈ ਉਥੇ ਉਹਨਾਂ ਦੇ ਨਾਲ ਹੋਰ ਵੀ ਕਈ ਪੰਜਾਬੀ ਨੌਜਵਾਨ ਫਸੇ ਹੋਏ ਹਨ, ਜੋ ਜਾਂ ਤਾਂ ਪੜ੍ਹਨ ਲਈ ਆਏ ਸਨ ਜਾਂ ਫਿਰ ਕੋਈ ਛੋਟਾ ਮੋਟਾ ਕੰਮਕਾਜ ਸਿੱਖਣ ਦੇ ਲਈ, ਪਰ ਅੱਜ ਸਾਰੇ ਹੀ ਬੇਬਸ ਹਨ। ਨਵੀਂ ਨੇ ਉਥੋਂ ਇੱਕ ਵੀਡੀਓ ਬਣਾ ਕੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਵੀ ਕੀਤੀ ਹੈ ਕਿ ਉਹਨਾਂ ਦੀ ਮਦਦ ਕੀਤੀ ਜਾਏ। ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ, ਮੈਂ ਨਵੀਂ ਸਿੰਘ ਹਲਕਾ ਸਨੌਰ ਤੋਂ, ਜ਼ਿਲ੍ਹਾ ਪਟਿਆਲੇ ਤੋਂ। ਮੈਂ ਸਿੰਗਾਪੁਰ ਦੇ ਵਿੱਚ ਆਇਆ ਸੀਗਾ ਜੀ, ਮੈਂ ਆਪਣਾ ਟੂਰਿਸਟ ਵੀਜ਼ੇ 'ਤੇ ਆਇਆ ਸੀਗਾ ਹਨੀਮੂਨ ਲਈ ਆਪਣੀ ਵਾਈਫ ਨਾਲ। ਲੋਕਡਾਊਨ ਹੋਣ ਦਾ ਕਰਕੇ ਅਸੀਂ ਉਰੇ ਫਸ ਗਏ ਹਾਂ, ਅਤੇ ਮੈਂ ਇਕੱਲਾ ਨਹੀਂ ਫਸਿਆ ਹੈਗਾ, ਹੋਰ ਵੀ ਬਥੇਰੇ ਲੋਕ ਆ ਜਿਹੜੇ ਉਰੇ ਫਸੇ ਹੋਏ, ਜਿਹੜੇ ਟੂਰਿਸਟ ਵੀਜ਼ੇ 'ਤੇ ਉਰੇ ਆਏ ਸੀਗੇ। ਕਈ ਬੱਚਿਆਂ ਦੇ ਪੇਰੈਂਟਸ ਵੀ ਬੱਚਿਆਂ ਨੂੰ ਮਿਲਣ ਵਾਸਤੇ ਉਰੇ ਆਏ ਸੀਗੇ, ਅਤੇ ਉਹ ਵੀ ਟੂਰਿਸਟ ਵੀਜ਼ੇ 'ਤੇ ਆਏ ਸੀਗੇ ਜਿਹੜੇ ਉਰੇ ਫਸ ਚੁੱਕੇ ਆ। ਕਈਆਂ ਕੋਲ ਤਾਂ ਵੀ
खर्चा भी नहीं है भी कि रह सकन उरे भी कोई हैल्प भी नहीं कोई करता पे है ना बहुत औखे रह रहे लोग उरे तो इस करके काफ़ी स्टूडेंट भी है जिहड़े उरे अपनी स्टडी उन्हां दी कंप्लीट हो गई है उन्होंने पास खत्म हो गए आ तो वो भी बेचारे उरे फसे पे आ तो कोई उरे काम नहीं है कोई कुछ नहीं है ना बहुत औखा सारे गुजारा कर रहे हैं। मैं पंजाब की गौरमेंट को बेनती करना चाहना भी साढ़े वास्ते स्पैशल कोई जहाज प्लेन भेजा जाए भी जिद ना असी सारे जने उरे जा सकी अपने देश तो मैं तुम्हें कुछ उरे भरावान मिलाना चाहना भी जिन्हों के पास भी खत्म हो गए तो जेडे इंडिया जाना चाहते हैं ये नहीं है भी कोई भी टूरिस्ट ही है ज कोई दस या पंद्रह जने जे उ फसे हुए सिंगापुर के घट्टो घट हज़ार के हिसाब से जनता उरे फसी हुई है। इत्थे देवीगढ़ दे विच परेशान इस परिवार ने सरकार नू गुहार लगाई है कि जल्द तो जल्द उन्होंने बच्चों नू वापस घरां तक पहुंचाने लई अग्गे होके कार्रवाई की जाए। तुहानू दस दईए इस दे नाल ही पटियाला विच एक हेल्पलाइन नंबर भी शुरू किया गया है जिसका जिक्र करते हुए नौजवान दे पिता ने दसिया कि उन्होंने ये नंबर अपने बेटे नू भी दिता है अते इस परिवार नू उम्मीद है कि सरकार जल्दी ही उन्होंने बच्चों नू वापिस घर तक पहुंचाने विच उन्हां दी मदद करेगी। की नाम है तुहाडा? मेरा नाम गुरजीत सिंह है जी। केड़े पिंड रहंदे हो जी? मलकपुर कमोआ जी। हां जी, तुहाडा कौन गया था बाहर? मेरा बेटा ते अपनी नौ राणी गए सी घूमण। अच्छा जी, सिंगापुर। अच्छा, उस तो बाद जल्दी लॉकडाउन हो गया जी, हुण वापस नहीं आ सकदे। चलो असी भी इतने जिन्ने जोगे है हेल्प कर रहे हैं भी हूँ असी सरकार द्वारा मांग करते हैं भी उन्होंने छेती तो छेती घर भी इधर कोई ना कोई उपराला कर साडे बच्चे साडे घरे वापस आ जाए। उन्होंने किन्ने क बंदे जो हो टच आए तुम वीडियो कॉन्फ्रेंस भी की वीडियो गलबात भी की किन्ने बंदे हो टच के ने? बेटे ने मेरे नाल वीडियो कॉल लेंदे गल करी भी तो पच्ची बंदे ने उन्होंने टच के वो अगे होर कह रहे भी जे स्टूडेंट वीजे भी ये ने कुछ टूरिस्ट ने उन्होंने माँ प्यो उन्होंने मिलन गए थे वो भी उत्थे फसे। अच्छा, हाँ जी, हाँ जी। उपराला किया जा रहा है उन्होंने कोई खर्चा पानी या कुछ भेजा जा रहा है? असं हाँ जी हाँ पूरी हेल्प कर रहे हैं अपने बच्चों की। अच्छा। पर फिर भी असं चाहते हैं सरकार द्वारा मांग करते हैं भी साढ़े बच्चे जल्दी तो जल्दी साढ़े घर वापस आने की तुम लगता जिस तरह अभी गलबात करी थी घबराए पे सिचुएशन से उत्थे बहुत घबराहट के गल कर रहे थे। बेटे यही गलबात बेटा कहता भी पापा जी चलो भी गौरव वीर ने उत्थे इन्होंने चाचा जी ने अगे रिलेटिव ने उन्होंने बहुत साड़ी हेल्प करी है भी हुण असी किन्ना चिर हेल्प करते रहेंगे रिश्तेदार भी भैन भरा भी चलो जल्दी तो जल्दी तुम कोई ना कोई उपराला करो भी जो असी घर वापस आ सकी। हेल्पलाइन नंबर चलाया गया कि डाटा वगैरह भेजे अपना? हाँ जी हाँ जी भेजा जी, भेजा बेटे ने दिता जी। हाँ जी हाँ जी। कोई जवाब आया उन्होंने कोई? हाँ जी, वो कहते अं गलबात करा जी। हाँ जी भाजी, की नाम है तुहाडा? मैं गौरव संधु, इतने अपना यूथ कांग्रेस के नुमाइंदे हाँ अभी हल्का सनौर तो। अच्छा जी, की भाजी जरा गलबात करी अच्छे फोन पर की मुश्किल आ रही ने किदा के प्रबंध किए गए की हेल्प कर रहे हो विदेशों जो नौजवान फसे हुए हैं? असी अपना पता लगा सी गुरजीत सिंह अपने भाई मलकपुर कमोआ तो सरपंच साहब ने इन्हों का बेटा हाल ही पिछले विआह होया सी वो बच्चे बाहर गए थे अपना घूमन फिरन सिंगापुर तो मेन टाइम उत्थे लॉकडाउन हो गया तो उत्थे फस गए। चलो जिन्नी कि इन्हों का सरदा फुसदा जिमीदार बंदे ने तो बच्चे की हेल्प कर रहे हैं तो उत्थे तुहानू पता होटलों का खर्चा काफ़ी सी हुण होटल वाले ने भी जवाब देता सी भी भाई लॉकडाउन करके भी तुसीं अपनी जगह देखो कितने तो वह कल्ला बच्चा नहीं उत्थे स्टूडेंट भी ने उन्होंने मेरे नाल पहलों भी गल हुई सी फोन पर कहिंदा भी वीर जी इस तरह फस गए हैं तो मेरे दोस्त ने प्रताप सिंह गिल न्यूजीलैंड तो उन्होंने सहरे ने उत्थे सिंगापुर च मैं अंकल नाल गल की सरदार गुरदीप सिंह नाल उन्होंने मदद की बच्चों नूं रहायश वगैरह दवाउण दे विच पर जिवें आपां नूं पता भी उत्थे महंगा बहुत है डॉलरस ने इत्थे इंडिया दे उत्थे 50 रुपए का एक डॉलर बनता तो एक जिमीदार परिवार लई बहुत औखा हुंदा भी आपां चलो 10 दिन लई घूमण 15 दिन का खर्चा तो कढ सकते हैं पर आपां जे 2 महीने उत्थे रहना पै जाए तो वह अपन पता भी कि खर्चा अपना एक आम परिवार नहीं अफोर्ड कर सकता पर बाई जी हुई हिम्मत है भी बच्चों उत्थे खर्चा भेजा इन्होंने तो फिर असी भी उत्थे रिक्वेस्ट की अपने रिश्तेदारों चलो उन्होंने बहुत उन्होंने धन्यवाद उन्होंने बच्चों का ख्याल रखा नाल इन्हों होर भी उत्थे नौन बंदे मिले जोड़े उन्होंने भी उन्होंने उत्थे रिहायश का प्रबंध करके दिता है पर हूँ लॉकडाउन करके सारे ही घरों घरी ने तो इन्नी मदद नहीं कर सकते तो साड़ी तो सरकार नूं अपील है केंद्र सरकार नूं उन्होंने उत्थे इंडियन एम्बैसी नूं मेल लिखी सी भी साडा जिहड़े इत्थे असीं फसे हुए आ उन्हां दा हल कढो कोई साडी वापसी का इंतजाम करो
पर अंबैसी वालों केंद्र सरकार की उत्थे कहिंदे वी सानू कोई इंस्ट्रक्शन नहीं आई ਵੀ ਕਿਸ ਤਰ੍ਹਾਂ ਹੈਲਪ ਕਰਨੀ ਹੈ ਜਾਂ ਕੁਛ ਵੀ ਉਹਨਾਂ ਦਾ ਕੋਈ ਰਿਪਲਾਈ ਨਹੀਂ ਆਇਆ ਜਿਸ ਤਰ੍ਹਾਂ ਪੰਜਾਬ ਸਰਕਾਰ ਦਾ ਜਿਹੜਾ ਨੰਬਰ ਜਾਰੀ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਤੇ ਉਹਨਾਂ 'ਤੇ ਵੀ ਕੁਝ ਸੀ ਉਹਨਾਂ ਦਾ ਬਾਇਓਡਾਟਾ ਵਗੈਰਾ ਭੇਜਿਆ ਵੀ ਕਿੰਨੇ ਕੁ ਲੋਕ ਜਿਹੜੇ ਫਸੇ ਪਏ ਨੇ ਹਾਂਜੀ ਕੱਲ੍ਹ ਮਹਾਰਾਣੀ ਸਾਹਿਬ ਨਾਲ ਗੱਲ ਹੋਈ ਸੀ ਹਰਿੰਦਰਪਾਲ ਸਿੰਘ ਹੈਰੀਮਾਨ ਜੀ ਇੱਥੇ ਹਲਕਾ ਇੰਚਾਰਜ ਨੇ ਸਨੌਰ ਦੇ ਉਹਨਾਂ ਨੇ ਗੱਲ ਕੀਤੀ ਸੀ ਅਤੇ ਮਹਾਰਾਣੀ ਸਾਹਿਬ ਨੇ ਡੀ ਸੀ ਸਾਹਿਬ ਨੂੰ ਇੰਸਟਰਕਸ਼ਨ ਦਿੱਤੀਆਂ ਸੀ ਪਟਿਆਲੇ ਦੇ ਡੀ ਸੀ ਸਾਹਿਬ ਨੂੰ ਕਿ ਜ਼ਿਲ੍ਹੇ ਦਾ ਹੈਲਪਲਾਈਨ ਨੰਬਰ ਉਹਨਾਂ ਨੇ ਦਿੱਤਾ ਹੈ ਅਤੇ ਅਸੀਂ ਤਾਂ ਸਾਰੇ ਜਿੰਨੇ ਤੁਹਾਡੇ ਮਾਧਿਅਮ ਰਾਹੀਂ ਜਿੰਨਿਆਂ ਦੇ ਬੱਚੇ ਉੱਥੇ ਫਸੇ ਨੇ ਚਾਹੇ ਸਟੂਡੈਂਟ ਵੀਜ਼ੇ 'ਤੇ ਨੇ ਚਾਹੇ ਟੂਰਿਸਟ ਨੇ ਅਤੇ ਉਹ ਆਪਣੇ ਹੈਲਪਲਾਈਨ ਨੰਬਰ 'ਤੇ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਹੈਲਪਲਾਈਨ ਨੰਬਰ ਕੱਲ੍ਹ ਦਾ ਜਾਰੀ ਕੀਤਾ ਉੱਥੇ ਉਹਨਾਂ ਦੀ ਇਨਫੋਰਮੇਸ਼ਨ ਦੇਣ ਤਾਂ ਜੋ ਕੈਪਟਨ ਅਮਰਿੰਦਰ ਸਿੰਘ ਜੀ ਮਹਾਰਾਣੀ ਸਾਹਿਬ ਕੇਂਦਰ ਦੀ ਸਰਕਾਰ ਤੱਕ ਫੋਰਨ ਮਿਨਿਸਟਰੀ ਤੱਕ ਇਹਨੂੰ ਪਹੁੰਚਾ ਸਕਣ ਘੱਟੋ ਘੱਟ ਉੱਥੇ 25-30 ਤਾਂ ਸਾਡੇ ਬੇਟੇ ਦੇ ਲਿੰਕ 'ਚ ਨੇ ਨਵੀਂ ਦੇ ਜਿਹੜੇ ਉੱਥੇ ਲੋਕ ਫਸੇ ਨੇ ਇੱਕ ਦੂਜੇ ਨੂੰ ਉਹਨਾਂ ਨੇ ਟਾਈ ਕੀਤਾ ਆਪਣਾ ਟਾਈਅਪ ਕਰਕੇ ਕਿਹਾ ਹੈ ਅਤੇ ਹੋਰ ਵੀ ਪੰਜਾਬ ਤੋਂ ਕਾਫੀ ਉੱਥੇ ਫਸੇ ਹੋਏ ਲੋਕ ਨੇ ਅਤੇ ਅਸੀਂ ਤਾਂ ਇੱਕੋ ਬੇਨਤੀ ਕਰਾਂਗੇ ਕੇਂਦਰ ਸਰਕਾਰ ਨੂੰ ਵੀ ਉਹਨਾਂ ਦੀ ਉੱਥੋਂ ਵਾਪਸੀ ਦਾ ਕਿਸੇ ਤਰ੍ਹਾਂ ਇੰਤਜ਼ਾਮ ਕੀਤਾ ਜਾਏ ਜਾਂ ਉਹਨਾਂ ਨੂੰ ਉੱਥੇ ਅੰਬੈਸੀ ਦੇ ਟੱਚ 'ਚ ਲਿਆ ਕੇ ਉਹਨਾਂ ਦੀ ਕੋਈ ਸਰਦੀ ਹੈਲਪ ਕੀਤੀ ਜਾਏ ਜਿਹੜਾ ਕਿ ਉਹਨਾਂ ਦੇ ਉੱਥੇ ਬਰਡਨ ਨਾ ਬਣੇ ਜਾਂ ਪੇਰੈਂਟਸ ਦੇ ਇੱਥੇ ਬਰਡਨ ਨਾ ਬਣੇ। ਤੁਹਾਨੂੰ ਦੱਸ ਦਈਏ ਕਿ ਕੋਰੋਨਾ ਵਾਇਰਸ ਕਾਰਨ ਸਾਰੀਆਂ ਹਵਾਈ ਉਡਾਨਾਂ ਬੰਦ ਕੀਤੀਆਂ ਹੋਈਆਂ ਹਨ, ਜਿਸ ਕਾਰਨ ਕਈ ਦੇਸ਼ਾਂ ਵਿੱਚ ਪੰਜਾਬੀ ਫਸੇ ਹੋਏ ਹਨ ਤੇ ਜਲਦੀ ਵਾਪਸ ਆਪਣੇ ਘਰਾਂ ਨੂੰ ਪਰਤਣਾ ਵੀ ਚਾਹੁੰਦੇ ਨੇ। ਇਸ ਦੇ ਮੱਦੇਨਜ਼ਰ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਵੀਂ ਪਹਿਲ ਕੀਤੀ ਗਈ ਹੈ, ਜਿਸ ਦੇ ਤਹਿਤ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਕੰਟਰੋਲ ਰੂਮ ਸਥਾਪਿਤ ਕਰਕੇ ਵਿਦੇਸ਼ਾਂ ਵਿੱਚ ਫਸੇ ਪੰਜਾਬੀਆਂ ਦਾ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ। ਹੈਲਪਲਾਈਨ ਨੰਬਰ ਹੈ 0175-23-50-550। 24 ਘੰਟੇ ਚੱਲਣ ਵਾਲੀ ਇਸ ਹੈਲਪਲਾਈਨ ਤੇ ਕਾਲ ਕਰਕੇ ਵਿਦੇਸ਼ਾਂ ਵਿੱਚ ਫਸੇ ਪੰਜਾਬੀ ਆਪਣਾ ਪਾਸਪੋਰਟ ਨੰਬਰ ਲਿਖਵਾ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ ਅਤੇ ਆਪਣੀ ਸਾਰੀ ਜਾਣਕਾਰੀ ਦੇ ਸਕਦੇ ਹਨ। ਫਿਲਹਾਲ ਇਸ ਕੰਟਰੋਲ ਰੂਮ ਜ਼ਰੀਏ ਹੈਲਪਲਾਈਨ ਨੰਬਰ 0175-23-50-550 ਤੋਂ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ ਅਤੇ ਉਸ ਤੋਂ ਬਾਅਦ ਕੀ ਕਾਰਵਾਈ ਕਰਨੀ ਹੈ ਇਸ ਉੱਪਰ ਫੈਸਲਾ ਲਿਆ ਜਾਵੇਗਾ। ਖਬਰਾਂ ਦੇ ਤਾਜ਼ਾ ਅਪਡੇਟਸ ਲਈ ਬਣੇ ਰਹੋ ਨਿਰਪੱਖ ਪੋਸਟ ਦੇ ਨਾਲ।